ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਨਵਨੀਤ ਕਿਚਨ ਵਲੌਗ ਅਤੇ ਅੱਜ ਅਸੀਂ ਜਿਹੜੀ ਰੈਸਪੀ ਲੈ ਕੇ ਆਏ ਹਾਂ ਉਹ ਹੈਗੀ ਆ ਜੀ ਆਂਵਲਾ ਕੈਂਡੀ ਅਤੇ ਇਹ ਤੁਸੀਂ ਦੇਖ ਸਕਦੇ ਜੇ ਮੇਰੇ ਹੱਥ 'ਚ ਹੈਗੇ ਨੇ ਆਮਲੇ ਆਂਵਲੇ ਜੋ ਵੀ ਤੁਸੀਂ ਬੋਲਦੇ ਜੇ ਇਹਨੂੰ ਸੋ ਇਹ ਤੋਂ ਬਣਾਵਾਂਗੇ ਅਸੀਂ ਕੈਂਡੀ ਮੈਂ ਬਹੁਤ ਸਾਰੀਆਂ ਇਹਦੀਆਂ ਪਹਿਲੇ ਵੀ ਰੈਸਪੀ ਸ਼ੇਅਰ ਕੀਤੀਆਂ ਹੋਈਆਂ ਆ ਅਚਾਰ ਦੀਆਂ ਮੁਰੱਬੇ ਦੀਆਂ ਚਟਨੀ ਦੀਆਂ ਅਤੇ ਅੱਜ ਅਸੀਂ ਬਣਾਵਾਂਗੇ ਤੋਂ ਮਿੱਠੀ ਵਾਲੀ ਕੈਂਡੀ ਕੈਂਡੀ ਵੀ ਦੋ ਤਿੰਨ ਤਰ੍ਹਾਂ ਦੀ ਬਣ ਜਾਂਦੀ ਆ ਅਤੇ ਖੱਟੀ ਮਿੱਠੀ ਬਣਦੀ ਆ ਇੱਕ ਜਿਹੜੀ ਆ ਜ਼ਿਆਦਾ ਹੁੰਦੀ ਆ ਨਮਕ ਵਾਲੀ ਹੁੰਦੀ ਆ ਇੱਕ ਜਿਹੜੀ ਆ ਮਿੱਠੀ ਹੁੰਦੀ ਆ ਸੋ ਅੱਜ ਅਸੀਂ ਇਹ ਤੋਂ ਬਣਾਵਾਂਗੇ ਮਿੱਠੀ ਕੈਂਡੀ ਅਤੇ ਇਹ ਤੁਹਾਨੂੰ ਪਤਾ ਕਿ ਵਿਟਾਮਿਨ ਸੀ ਇਹਦੇ 'ਚ ਭਰਪੂਰ ਮਾਤਰਾ 'ਚ ਹੁੰਦਾ ਬਹੁਤ ਜ਼ਿਆਦਾ ਵਿਟਾਮਿਨ ਸੀ ਹੁੰਦਾ ਇਸ ਤਰ੍ਹਾਂ ਜਿਹੜਾ ਖਾਣਾ ਥੋੜ੍ਹਾ ਜਿਹਾ ਔਖਾ ਹੁੰਦਾ ਮਤਲਬ ਕਿ ਖੱਟਾ ਬਹੁਤ ਹੁੰਦਾ ਅਤੇ ਖਾਧਾ ਨਹੀਂ ਜਾਂਦਾ ਜਦੋਂ ਤੁਸੀਂ ਇਹਨੂੰ ਅਚਾਰ ਦੀ ਫੋਰਮ 'ਚ ਲੈ ਲੈਂਦੇ ਜੇ ਕੋਈ ਮੁਰੱਬਾ ਲੈ ਲੈਂਦੇ ਜੇ ਜੈਮ ਲੈ ਲੈਂਦੇ ਜੇ ਜਾਂ ਕੈਂਡੀ ਬਣਾ ਲੈਂਦੇ ਫਿਰ ਦਾਲ ਸਬਜ਼ੀ ਦੇ ਵਿੱਚ ਪਾ ਕੇ ਤੁਸੀਂ ਖਾ ਸਕਦੇ ਜਿਸ ਤਰ੍ਹਾਂ ਦਾਲ ਕੋਈ ਬਣਾਈ ਆ ਅਤੇ ਉਹਦੇ ਵਿੱਚ ਤੁਸੀਂ ਜਿੰਨੇ ਫੈਮਿਲੀ ਮੈਂਬਰ ਜੇ ਉਹ ਆਵਲੇ ਵਿੱਚ ਪਾ ਦਿਓ ਉਹ ਵੀ ਚਲੋ ਵਧੀਆ ਲੱਗਦੇ ਹੈ ਨਾ ਉਹਨਾਂ ਦੀ ਖਟਾਸ ਥੋੜ੍ਹੀ ਘੱਟ ਜਾਂਦੀ ਹੈ ਜਦੋਂ ਆਪਾਂ ਬੋਇਲ ਕਰ ਲੈਂਦੇ ਹਾਂ ਸੋ ਅੱਜ ਆ ਜੋ ਅਸੀਂ ਬਣਾਈਏ ਫਿਰ ਕੈਂਡੀ ਅਤੇ ਇਹ ਜਿਹੜਾ ਆ ਸਰ ਤੁਹਾਨੂੰ ਪਤਾ ਕਿ ਆਵਲੇ ਜ਼ਿਆਦਾ ਸਰਦੀਆਂ 'ਚ ਹੀ ਆਉਂਦੇ ਨੇ ਅਤੇ ਅਸਲ 'ਚ ਲੱਗਦੇ ਹੀ ਇਹ ਸਰਦੀਆਂ 'ਚ ਕਿਉਂਕਿ ਮੇਰੇ ਪੇਕੀ ਪਿੰਡ ਜਿਹੜਾ ਇਹਦਾ ਹੈਗਾ ਦਰਖਤ ਮੈਂ ਦਿਖਾਇਆ ਹੋਇਆ ਤੁਹਾਨੂੰ ਕਾਫੀ ਵੱਡਾ ਆ ਪਰ ਉਹਨੂੰ ਆਵਲੇ ਬਹੁਤ ਘੱਟ ਲੱਗਦੇ ਇਸ ਵਾਰੀ ਲੱਗੇ ਨਹੀਂ ਪਤਾ ਨਹੀਂ ਕੀ ਗੱਲ ਆ ਸੋ ਆਵਲਾ ਕੈਂਡੀ ਬਣਾਉਣ ਲਈ ਜੀ ਇਹ ਮੈਂ ਲਏ ਆ ਅੱਧਾ ਕਿਲੋ ਆਵਲੇ ਲਏ ਆ ਅਤੇ ਇਹਦੇ ਲਈ ਮੈਂ ਜਿਹੜੀ ਆ 350 ਗ੍ਰਾਮ ਖੰਡ ਲਈ ਆ ਜਿਵੇਂ ਕਿ ਤੁਹਾਨੂੰ ਮੈਂ ਕਿਲੋ ਦਾ ਦੱਸ ਦਿੰਦੀ ਕਿ 1 ਕਿਲੋ ਆਵਲਾ ਲੈ ਲਓ ਅਤੇ ਵਿੱਚ 700 ਗ੍ਰਾਮ ਖੰਡ ਪੈ ਜਾਂਦੀ ਆ ਸੋ ਸਭ ਤੋਂ ਪਹਿਲਾਂ ਜੀ ਆਪਾਂ ਆਵਲੇ ਚੰਗੀ ਤਰ੍ਹਾਂ ਧੋ ਲਏ ਅਤੇ ਧੋ ਕੇ ਇਹਨਾਂ ਨੂੰ ਮੈਂ ਪਾਣੀ 'ਚ ਪਾਣੀ ਪਾ ਲਿਆ ਪਾਣੀ 'ਚ ਪੂਰੇ ਜਿਹੜੇ ਆ ਪ੍ਰੋਪਰ ਡਿਪ ਹੋ ਗਏ ਨੇ ਅਤੇ ਇਹਨੂੰ ਆਪਾਂ ਜਿਹੜਾ 10 ਮਿੰਟ ਸੋਫਟ ਹੋਣ ਤੱਕ ਕਿ ਇਹ ਸੋਫਟ ਹੋ ਜਾਂਦੇ ਇਹਨਾਂ ਦੀਆਂ ਜਿਹੜੀਆਂ ਹੁੰਦੀਆਂ ਆ ਵਿੱਚ ਇੱਕ ਲਾਈਨ 'ਚ ਹੀ ਹੁੰਦੀ ਆ ਇਹਦੀਆਂ ਜਿਹੜੀਆਂ ਅਲੱਗ ਅਲੱਗ ਧੁਰੀਆਂ ਜਿਹੀਆਂ ਫਾਂਕਾਂ ਕਹਿ ਸਕਦੇ ਜੇ ਉਹ ਨਿਕਲ ਜਾਣ ਵੀ ਆਸਾਨੀ ਨਾਲ ਅਲੱਗ ਹੋ ਜਾਣ ਅਤੇ ਬਿਲਕੁਲ ਮਤਲਬ ਕਿ ਜੇ ਹਾਰਡ ਰਹਿ ਗਏ ਤਾਂ ਫਿਰ ਹਾਰਡ ਕੈਂਡੀ ਬਣੂਗੀ ਜੇ ਇਹਨੂੰ ਆਪਾਂ ਸੋਫਟ ਕਰ ਲਾਂਗੇ ਤਾਂ ਸੋਫਟ ਕੈਂਡੀ ਬਣੂਗੀ ਸੋ ਇਹਨੂੰ ਅਸੀਂ ਜਿਹੜਾ ਆ 10 ਕੁ ਮਿੰਟ ਉਬਾਲ ਲਾਂਗੇ ਅਤੇ ਵਿੱਚ ਚੈੱਕ ਕਰ ਲਾਂ ਜਦੋਂ ਆਪਣੇ ਆਪ ਹੀ ਕਈ ਵਾਰ ਫਟਣੇ ਸ਼ੁਰੂ ਹੋ ਜਾਂਦੇ ਇਹਦਾ ਮਤਲਬ ਕਿ ਇਹ ਮਤਲਬ ਕਿ ਇਹ ਬੋਇਲ ਹੋ ਗਏ ਨੇ ਸੋ ਇਹ ਲਈ ਮੈਂ ਨਾਲ ਖੰਡ ਜਿਵੇਂ ਕਿ ਮੈਂ 1/2 ਕਿਲੋ ਆਵਲੇ ਲਏ ਨੇ ਇਹ ਮੈਂ ਲਈ ਆ 300 ਗ੍ਰਾਮ ਤੋਂ ਥੋੜ੍ਹੀ ਜਿਹੀ ਉੱਪਰ ਲਈ 350 ਗ੍ਰਾਮ ਖੰਡ ਲਈ ਆ ਸੋ ਪਹਿਲਾਂ ਇਹਨੂੰ ਅਸੀਂ ਬੋਇਲ ਕਰ ਲਈਏ ਲਓ ਜੀ 10 ਮਿੰਟ ਹੋ ਗਿਆ ਤੁਸੀਂ ਦੇਖ ਸਕਦੇ ਜਿਹੜੇ ਆਪਣੇ ਆਪ ਹੀ ਜਦੋਂ ਹੋ ਜਾਂਦੇ ਆ ਇਸ ਤਰ੍ਹਾਂ ਇਹ ਫਟਣੇ ਸ਼ੁਰੂ ਹੋ ਜਾਂਦੇ ਆ ਸੋ ਆਪਾਂ ਜਿਹੜਾ ਇਹ ਹੁਣ ਗੈਸ ਕਰ ਦਾਂਗੇ ਬੰਦ ਅਤੇ ਇਹ ਵਾਲਾ ਜਿਹੜਾ ਪਾਣੀ ਆ ਇਹਨੂੰ ਆਪਾਂ ਸਾਰੇ ਨੂੰ ਕੱਢ ਲਾਂਗੇ ਇਹਦੇ ਵਿੱਚ ਤੁਸੀਂ ਜਿਹੜਾ ਚੀਨੀ ਮਿਲਾ ਕੇ ਇਹਨੂੰ ਵੀ ਤੁਸੀਂ ਯੂਜ਼ ਕਰ ਸਕਦੇ ਜਾਂ ਇਸ ਤਰ੍ਹਾਂ ਵੀ ਪੀ ਸਕਦੇ ਕਿਉਂਕਿ ਇਹਦੇ 'ਚ ਕਾਫੀ ਜਿਹੜਾ ਇਹਦਾ ਚਲੇ ਜਾਂਦਾ ਹੈ ਆਂਵਲੇ ਦਾ ਅਸਰ ਇੰਨਾ ਖੱਟਾ ਨਹੀਂ ਹੁੰਦਾ ਇਹ ਇਸ ਤਰ੍ਹਾਂ ਹੀ ਤੁਸੀਂ ਪੀ ਸਕਦੇ ਜੇ ਇਹਨੂੰ ਪਾਣੀ ਤੁਸੀਂ ਪੀ ਸਕਦੇ ਜੇ ਜਾਂ ਕਿਸੇ ਦਾਲ ਵਗੈਰਾ 'ਚ ਇਹਨੂੰ ਯੂਜ਼ ਕਰ ਸਕਦੇ ਜੇ ਸੁੱਟੋ ਨਾ ਹਾਂ ਸੁੱਟੋ ਨਾ ਇਹਨੂੰ ਅਤੇ ਇਹਦੇ ਜਿਹੜੇ ਆ ਬੀਜ ਕੱਢ ਲਾਂਗੇ ਅਤੇ ਇਹਦੀਆਂ ਇਸ ਤਰ੍ਹਾਂ ਅਲੱਗ ਅਲੱਗ ਪੀਸਿਸ ਕਰ ਲਾਂਗੇ ਗਰਮ ਆ ਜਦੋਂ ਬੋਇਲ ਹੋ ਜਾਂਦੇ ਬੜੇ ਵਧੀਆ ਆਪਣੇ ਆਪ ਹੀ ਇਹਦੇ ਪੀਸ ਬਣੀ ਜਾਂਦੇ ਇਸ ਤਰ੍ਹਾਂ ਨਿਕਲੀ ਜਾਂਦੇ ਨੇ ਸੋ ਸਾਰੇ ਹੁਣ ਆਪਾਂ ਕਰ ਲਾਂਗੇ ਕੱਢ ਲਾਂਗੇ ਇਹਦੇ ਗਿਟਕਾ ਕੱਢ ਕੇ ਅਤੇ ਇਸ ਤਰ੍ਹਾਂ ਇਹਦੇ ਪੀਸ ਕਰੀ ਜਾਵਾਂਗੇ ਲਓ ਜੀ ਸਾਰੇ ਆਪਾਂ ਇਹਦੇ ਪੀਸ ਜਿਹੜੇ ਅਲੱਗ ਅਲੱਗ ਕਰ ਲਏ ਆ ਅਤੇ ਇਹ ਬਿਲਕੁਲ ਜਿਹੜਾ ਆ ਤੁਸੀਂ ਦੇਖ ਸਕਦੇ ਜੇ ਜੂਸੀ ਆ ਸੋਫਟ ਵੀ ਆ ਇਸ ਤਰ੍ਹਾਂ ਦੇ ਹੀ ਸਾਨੂੰ ਚਾਹੀਦੇ ਸੀ ਸੋ ਹੁਣ ਅਸੀਂ ਇਹਦੇ ਵਿੱਚ ਜਿਹੜੀ ਖੰਡ ਰੱਖੀ ਉਹ ਪਾ ਦਿੰਦੇ ਹਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਲਓ ਜੀ ਇਹ ਸਾਰੀ ਖੰਡ ਆਪਾਂ ਕਰਤੀ ਮਿਕਸ ਹੁਣ ਅਸੀਂ ਜਿਹੜਾ 2 ਦਿਨ ਇਹਨੂੰ ਇਸ ਤਰ੍ਹਾਂ ਹੀ ਢੱਕ ਕੇ ਰੱਖ ਦਾਂਗੇ
फिर इन्हें जड़ी है खंड अपने आप जड़ी सारी ये घोल जानी है तो पानी हो जाना है। सो 2 दिन वास्ते अपन इन रख देंगे ढक के। 2 दिन इन्हू जड़ा है पानी दे विच चीनी वाले पानी च डिप करके रखिया। वेखो मतलब कि चीनी पाई तो इन्हें पानी छड़ता इन्ना सारा। तो हूँ इन्हू जड़ा है एक किस तरह डोंगा लै लो, थले रख लो, एक लै लो छाननी, तो सारा पानी जड़ा चंगी तरह ये निकल जाए। पानी सारा एकदम चंगी तरह नुचड़ जाए, फिर इन बॉल च पा लेंगे। तो आह वाला पानी जड़ा है तुम यूज़ कर सकते जो पी सकते जो इस होर थोड़ा पानी पा के तुम्हें, क्योंकि ये खंड तो आंवले का रस ही है। चलो जी पानी सारा निकल गया ये, तो हूँ आप जी पीसी हुई खंड पा देंगे ये उपर। 2 कड़छी जी चंगी तरह मिक्स करके, तो हूँ 2 दिन इनू जोड़ा है असं धुप्प रखा, फिर इन्हें जोड़ा है सुक जाना, ड्राई हो जानी है। हूँ इन धुप्प 2 दिन किसी मलमल के बोने से पा लो, किसी प्लेट के पा के धुप्प रख लो। चलो दिखाने तुम 2 दिन बाद। लो जी ये जी कैंडी साड़ी हूँ ड्राई हो गई है, सुक गई। लो जी कैंडी हो गई ड्राई, तो आंवला कैंडी बन के तैयार आ। रेसिपी चंगी लगी तो लाइक शेयर तो कमेंट जरूर करो, चैनल पर पहली बार आए तो चैनल में सब्सक्राइब जरूर करो। मिलते हैं नैक्सट डे नैक्सट वीडियो नाल। थैंक यू तुहाडा सारे का वीडियोज़ देखने लिए, बनायो जरूर क्योंकि बच्चों बड़ी पसंद होंगी है। साढ़े बच्चे तो अद्धी अजे पूरी बनी भी नहीं, तो पहले ही खा गए हैं।